Listen, so long.
নানেক তিনি সহ যিনি গুরু কি শিখ সুনি সোলে কিয়ে শৃঙ্গার
के अंजन पाजया जे घर आवे कंत जे घर आवे कंत ता सब किछ पाईए एक शर्त खड़ी कर देती है एक क्वेश्चन पैदा कर देता है एंड नहीं विशाखी मना रहे हैं आज चंद होना ऐसे हर दिन दिन करके ना मनाइए दिल करके उनके बीचों कुछ प्राप्त करिए अभी एक बार शब्द आया सी विसाखी दा गुरु नानक पातशाह जी दे बारह माह बीचों उनके बीचों एक लफ्ज़ मिले सी उसी वेस मैं उन अगे तोड़ना चाहना वो शब्द आपकी को उन विस्तार नाल संजम कर चुका हो सकता है किसी वीर में ख्याल ना हो गए क्योंकि बारह माह श्री गुरु ग्रंथ साहब दो थावां ते नहीं गुरु अर्जन पातशाह जी दे गुरु नानक पातशाह जी दे गुरु अर्जुन पातशाह जी के बारह माह बड़े प्रचलित ने आप हर महीने पढ़ने गुरु नानक पातशाह जी के राग तुखारी विच आप प्रचलित ने बहुत नहीं उनके विच ये सवाल बड़ा स्पष्ट होया सी भावें गुरु अर्जुन पातशाह जी के बारह माह गुरु नानक पातशाह जी के बारह माह का सिद्धांत एको है पहले तो समझी करा गुरु नानक पातशाह जी ने विसाख के महीने की व्याख्या करते हैं दो लफज दिते सन विसाख मला साखा वेस करे ਕਹਿਣ ਲੱਗੇ ਵਿਸਾਖ ਦੇ ਤਿੰਨ ਅੱਖਰਾਂ ਵਿੱਚੋਂ ਦੋ ਲਫਜ਼ਾਂ ਦਾ ਜਨਮ ਹੁੰਦਾ ਹੈ ਸਾਖਾ ਤੇ ਵੇਸ ਜੇ ਪਹਿਲਾ ਬਾਬਾ ਤੇ ਸੱਸਾ ਤੇ ਵਿਚਲੀ ਲਾਂਵ ਇੱਕ ਪਾਸੇ ਕਰ ਦੇਈਏ ਬਣ ਜਾਏਗਾ ਵੇਸ ਮੁੜ ਕੇ ਸੱਸਾ ਤੇ ਕੰਨਾਂ ਤੇ ਖੱਖਾ ਇੱਕ ਪਾਸੇ ਕਰ ਦੇਈਏ ਬਣ ਜਾਏਗਾ ਸਾਖ ਵਿਸਾਖ ਭਲਾ ਸਾਖਾ ਵੇਸ ਕਰੇ ਮੈਂ ਸੰਖੇਪ ਵਿੱਚ ਅੱਗੇ ਜਾਣਾ ਚਾਹੁੰਦਾ ਕਹਿਣ ਲੱਗੇ ਵਿਸਾਖ ਕਿਉਂ ਚੰਗਾ ਲੱਗਦਾ ਹੈ ਕਿਉਂਕਿ ਵਿਸਾਖ ਦੇ ਮਹੀਨੇ ਸਾਖਾ ਟਾਹਣੀਆਂ ਵੇਸ ਕਰਦੀਆਂ ਨੇ ਪੱਤੇ ਆਉਂਦੇ ਨੇ ਜਿੰਨੇ ਦਰਖਤ ਸਰਦੀਆਂ ਵਿੱਚ ਪੱਤੇ ਝੜਕ ਹੋ ਜਾਂਦੀ ਹੈ ਕਿਸੇ ਦੀ ਪਛਾਣ ਨਹੀਂ ਰਹਿੰਦੀ ਕਿਹੜਾ ਦਰਖਤ ਕਿਸ ਚੀਜ਼ ਦਾ ਵੇਸ ਇੱਕ ਆਈਡੀ ਹੁੰਦੀ ਹੈ ਪਛਾਣ ਹੁੰਦੀ ਹੈ ਦਰਖਤ ਦੇ ਪੱਤਿਆਂ ਨੂੰ ਵੇਖ ਕੇ ਹੀ ਮਨੁੱਖ ਪਛਾਣਦਾ ਹੈ ਵੀ ਇਹ ਦਰਖਤ ਕਿਹੜੀ ਚੀਜ਼ ਦਾ ਹੈ ਇਸ ਲਈ ਸ਼ਾਖਾ ਜਿਹੜੀਆਂ ਨੇ ਉਹ ਵੇਸ ਕਰਦੀਆਂ ਪੱਤੇ ਆਉਂਦੇ ਨੇ ਵਿਸਾਖ ਦੇ ਮਹੀਨੇ ਵਿੱਚ ਜਿਹੜੇ ਪੱਤਝੜ ਹੁੰਦੀ ਹੈ ਉਹਦੇ ਵਿੱਚ ਪੱਤੇ ਆਉਣੇ ਸ਼ੁਰੂ ਹੋ ਜਾਂਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਜਦੋਂ ਸਿੱਖੀ ਨੂੰ ਬਾਣਾ ਦੇਣਾ ਸੀ ਸੰਪੂਰਨ ਰੂਪ ਦੇਣਾ ਸੀ ਵੇਸ ਦੇਣਾ ਸੀ ਉਦੋਂ ਵਿਸਾਖ ਦਾ ਮਹੀਨੇ ਦਾ ਪਹਿਲਾ ਦਿਨ ਚੁਣਿਆ ਕਿ ਸਾਖਾ ਨੂੰ ਵੀ ਵੇਸ ਕੀਤਾ ਅੱਜ ਮੇਰੀ ਖਾਲਸਾ ਕੌਮ ਵੀ ਕਿਸੇ ਵੇਸ ਵਿੱਚ ਆ ਜਾਵੇ ਦੀ ਆਪਣੀ ਪਛਾਣ ਆਪਣੀ ਆਈਡੈਂਟੀਟੀ ਹੋ ਜਾਏ
ਬਰਾਬਰ ਹੈ, ਦੂਜੇ ਪਾਸੇ ਨੂੰ ਨਾਲ ਜੋੜ ਕੇ ਅੱਗੇ ਵਧਾ। ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਸਵਾਲ ਨਾਲ ਨਵਾਂ ਖੜਾ ਕਰ ਦਿੱਤਾ, ਕਹਿਣ ਲੱਗੇ ਵਿਸਾਖ ਤੀਰਨ ਕਿਉਂ ਵੱਡਿਆ ਜਿੰਨਾ ਪ੍ਰੇਮ ਵਿੱਚੋ। ਵੱਡਿਆ ਦਾ ਮਤਲਬ ਵੱਡੀਆਂ ਹੋਈਆਂ, ਕੱਟੀਆਂ ਹੋਈਆਂ। ਕਹਿਣ ਲੱਗੇ ਜਿਹੜੀਆਂ ਸ਼ਾਖਾਂ ਕੱਟੀਆਂ ਹੋਣ, ਵੱਡੀਆਂ ਹੋਣ, ਆਪਣੇ ਮੂਲ ਨਾਲੋਂ ਟੁੱਟ ਜਾਣ, ਜਿਨ੍ਹਾਂ ਦੇ ਅੰਦਰ ਮੂਲ ਵੱਲੋਂ ਹਰਿਆਵਲ ਜਿਹੜੀ ਮਿਲਦੀ ਹੈ, ਉਹ ਨਾ ਹੋਵੇ, ਉਹ ਵੀ ਭਲਾ ਪੱਤੇ ਲੱਗਦੇ ਨੇ। ਸਵਾਲ ਖੜਾ ਕਰ ਦਿੱਤਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸ਼ਾਖਾ ਵੇਸ ਕਰੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇੱਕ ਹੋਰ ਗੱਲ ਸਪਸ਼ਟ ਕਰ ਕਿ ਜਿਹੜੀਆਂ ਸ਼ਾਖਾ ਵੱਡੀਆਂ ਹੋਣ, ਕੱਟ ਦਿਓ ਮੂਲ ਨਾਲ, ਜੜ ਨਾਲ, ਕਿਉਂਕਿ ਜੜ ਨੇ ਹੀ ਉਹਨਾਂ ਵਿੱਚ ਹਰਿਆਵਲ ਦੇ ਨੇ, ਮੂਲ ਨਾਲ ਜੁੱਕ ਹੀ ਉਹਨਾਂ ਨੇ ਹਾਰਾ ਹੈ। ਤੇ ਜੇ ਉਹ ਸ਼ਾਖਾ ਵੱਡੀਆਂ ਜਾਣ, ਉਹਨਾਂ ਵਿੱਚ ਹਰਿਆਵਲ ਕਿਵੇਂ ਆਵੇ? ਵੱਡੀਆਂ ਹੋਈਆਂ ਸ਼ਾਖਾ ਨੂੰ ਬੇਸ਼ੱਕ ਵਿਸਾਖ ਦੇ ਮਹੀਨੇ ਵਿੱਚ ਪਈਆਂ ਰਹਿਣ ਦੇ, ਉਹਨਾਂ 'ਤੇ ਕੋਈ ਪੱਤੇ ਨਹੀਂ ਆਉਂਦੇ। ਉਹਨਾਂ ਨੇ ਨਾਲ ਦੂਜਾ ਪੱਖ ਲੈ ਲਿਆ, ਕਹਿਣ ਲੱਗੇ ਵਿਸਾਖ ਧੀਰਨ ਕਿਉਂ ਵੱਡਿਆ ਜਿੰਨਾ ਪ੍ਰੇਮ ਵਿੱਚੋ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ ਟੁੱਟੀਆਂ ਹੋਈਆਂ। ਇਹਦਾ ਮਤਲਬ ਪਹਿਲਾਂ ਅੰਦਰ ਹਰਿਆਵਲ, ਅੰਦਰ ਹਰਿਆਵਲ, ਸ਼ਾਖ ਹਰੀ ਹਰਿਆਵਲ ਸਹਿਜ ਪੱਤੇ ਸੋਨੇ, ਪਹਿਲਾਂ ਅੰਦਰ ਹਰਿਆਵਲ ਮੁੜ ਵੇਸ ਲਹਿਰ ਕੀਤੀ ਸੀ। ਇਹੋ ਕਹਾਣੀ ਖਾਲਸੇ ਦੀ ਹੈ, ਸਿੱਖੀ ਦੀ ਹੈ। ਪਹਿਲਾਂ 200 ਵਰਾ ਅੰਦਰੋਂ ਹਰਿਆ ਕੀਤਾ ਬਾਣੀ ਸਿੰਘ ਜੀ, ਬਾਣੀ ਸਿੰਘ ਜੀ ਮੁੜ ਕੇ ਆਖਿਆ ਹੁਣ ਇਹਦੇ ਵਿੱਚ ਬਾਣਾ ਫੁੱਟਣਾ ਚਾਹੀਦਾ, ਫਿਰ ਰੁਕਣਾ ਚਾਹੁੰਦਾ। ਸਾਡੇ ਵਿੱਚ ਇੱਕ ਦੁਖਾਂਤ ਹੈ, ਅਸੀਂ ਉਡਾਰ ਬਿਰਤੀ ਹਾਂ। ਹਾਲਾਂਕਿ ਸਿੱਖੀ ਧਰਮ ਗਿਆਨ ਤੇ ਖੜਾ ਹੈ, ਵਿਚਾਰ ਤੇ ਖੜਾ, ਅਸੀਂ ਉਡਾਰ ਤੇ ਖੜੇ ਹੋ ਜਾਂਦੇ। ਬਾਣਾ ਲਫ਼ਜ਼ ਸਾਨੂੰ ਮਿਲਿਆ ਵਿਸਾਖੀ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਇਹਦੇ ਵਿੱਚ ਵੀ ਇੱਕ ਪਰੇਸ਼ਾਨੀ ਹੋ ਗਈ, ਇਹਦੇ ਵਿੱਚ ਵੀ ਪਰੇਸ਼ਾਨੀ ਹੋ ਗਈ। ਔਰ ਗੁਰੂ ਨੇ ਕੋਈ ਪੱਖ ਅੰਧੇਰੇ ਵਿੱਚ ਨਹੀਂ ਛੱਡਿਆ। ਗੁਰਬਾਣੀ ਨੂੰ ਜਿਉਂ ਜਿਉਂ ਵਾਚੀਏ, ਹਰ ਪਹਿਲੇ ਮਨੁੱਖ ਦਾ ਰੋਸ਼ਨੀ ਵਿੱਚ ਆਉਂਦਾ ਹੈ, ਉਹਨੂੰ ਪਛਾਣਨਾ ਆਸਾਨ ਹੋ ਜਾਂਦਾ। ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਗੁਰੂ ਨੇ 200 ਸਾਲ ਬਾਅਦ ਬਣ ਦਿੱਤਾ, ਪਛਾਣ ਦਿੱਤੀ, ਆਈਡੀ ਦਿੱਤੀ। ਇੱਕ ਤਾਂ ਇਹ ਖਿਆਲ ਕਰਿਓ, ਕੇਸ ਸਾਡਾ ਪਹਿਰਾਵਾ ਨਹੀਂ, ਵੇਸ ਨਹੀਂ। ਇਹ ਗੱਲ ਸਪਸ਼ਟ ਕਰਦੇ ਹਾਂ ਫਿਰ ਦੁਬਾਰਾ, ਕੇਸ ਸਾਡਾ ਵੇਸ ਨਹੀਂ। ਕੀ ਅਸੀਂ ਸਮਝਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਜਿਹੜੇ ਸਿੱਖ ਸਨ ਉਹ ਕੇਸ ਨਹੀਂ ਸਨ ਰੱਖਦੇ? ਬਾਬਾ ਬੁੱਢਾ ਜੀ ਦੇ ਵਾਹਿਗੁਰੂ ਬਖਸ਼ੀ ਮੇਰੇ ਕੋਲ ਇਹ ਲਫ਼ਜ਼ ਨਹੀਂ ਕੁਛ ਕਿ ਭਾਈ ਕਮਲੀਆ ਜੀ, ਕਿ ਭਾਈ ਲਾਲ, ਕਿ ਭਾਈ ਗੁਰਦਾਸ, ਸਿੱਧ ਬੁੱਢਾ ਤੇ ਨਹੀਂ ਸਨ, ਗੁਰੂ ਸਾਹਮਣੇ ਦੱਸਦਾ ਸੀ। ਇਸ ਲਈ ਇੱਕ ਗੱਲ ਤੇ ਖਿਆਲ ਕਰਨਾ, ਕੇਸ ਜਿਹੜੇ ਨੇ ਉਹ ਸਾਡੇ ਬਾਣੇ ਵਿੱਚ ਆਉਂਦੇ ਹੀ ਨੇ। ਬਾਣਾ ਹੁੰਦਾ ਜਿਹੜਾ ਉੱਪਰੋਂ ਪਾਇਆ ਜਾਏ, ਜਿਹੜਾ ਪਹਿਰਾਵਾ ਹੋਵੇ, ਜਿਹਨੂੰ ਅਸੀਂ ਪਹਿਨੀਏ। ਕੇਸ ਅਸੀਂ ਪਹਿਨੇ ਨਹੀਂ, ਵਿਸਾਖੀ ਮਨਾ ਰਹੇ,
ਇਸ ਲਈ ਮੇਰਾ ਫਰਜ਼ ਬਾਪਾ ਇਹ ਇੱਕ ਪਹਿਲੂ ਜਿਹੜਾ ਆਮ ਨਹੀਂ ਵਿਚਾਰਿਆ ਜਾਂਦਾ ਇਹ ਵੀ ਤੁਹਾਨੂੰ ਸਾਂਝਾ ਕਰਾਂ। ਕੇਸ ਸਾਡਾ ਪਹਿਰਾਵਾ ਨਹੀਂ, ਅਸੀਂ ਪਹਿਰੇ ਨਹੀਂ, ਕਿਤੋਂ ਲਿਆਉਂਦੇ ਨਹੀਂ, ਕਿਸੇ ਕੋਲੋਂ ਆਪਣੀ ਮਰਜ਼ੀ ਦੇ ਡਿਜ਼ਾਇਨ ਦੇ ਬਣਵਾਏ ਨਹੀਂ, ਅਸੀਂ ਪਾਏ ਨਹੀਂ। ਜਿਹੜੀ ਚੀਜ਼ ਪੈਂਦੀ ਹੈ ਉਹ ਲਹਿੰਦੀ ਵੀ ਹੈ। ਕੇਸ ਪਹਿਰਾਵਾ ਨਹੀਂ, ਨਾ ਹੀ ਕੇਸਾਂ ਨੂੰ ਪਹਿਨਣ ਦਾ ਹੁਕਮ ਹੈ, ਸਿਰਫ ਸੰਭਾਲਣ ਦਾ। ਕੇਸ ਸਾਡੇ ਸਰੀਰ ਦਾ ਇੱਕ ਅੰਗ ਨੇ, ਜਿਹੜੇ ਨਾਲ ਹੀ ਪੈਦਾ ਹੋਏ ਨੇ, ਨਾਲ ਹੀ ਰਹਿੰਦੇ। ਜਿਹੜਾ ਪਹਿਰਾਵਾ 200 ਵਰੇ ਬਾਅਦ ਦਿੱਤਾ ਹੈ ਨਾ, ਉਹ ਹੈ ਸੀ ਸਾਡੀ ਆਈਡੀ। ਕਿਉਂਕਿ ਕੇਸ ਜੇ ਪਹਿਰਾਵਾ ਹੁੰਦੇ ਤਾਂ ਫਿਰ ਕੇਸ ਤਾਂ ਹਿੰਦੂ ਵੀ ਉਦੋਂ ਰੱਖਦੇ ਸਨ, ਕੇਸ ਤਾਂ ਮੁਸਲਮਾਨ ਵੀ ਰੱਖਦੇ ਸਨ, ਕੇਸ ਤਾਂ ਈਸਾਈ ਵੀ ਰੱਖਦੇ ਸਨ, ਇਸ ਲਈ ਇਹ ਪਹਿਰਾਵਾ ਹੈ। ਇਹ ਸਾਡੇ ਸਰੀਰ ਦਾ ਇੱਕ ਅੰਗ ਨੇ, ਹਿੱਸਾ ਨੇ। ਰੱਬ ਵਾਹਿਗੁਰੂ, ਗੁਰੂ ਨੇ ਸਾਨੂੰ ਕੇਵਲ ਰੱਬੀ ਦੇਵ ਨੂੰ ਸੰਭਾਲ ਕੇ ਰੱਖਣ ਦਾ ਉਪਦੇਸ਼ ਦਿੱਤਾ। ਜਿਹੜਾ ਬਾਣਾ ਦਿੱਤਾ ਹੈ, ਜਿਹੜਾ ਸਾਡੀ ਆਈ ਡੀ ਹੈ, ਕਿਉਂਕਿ ਕੇਸ ਜੇ ਆਈ ਡੀ ਹੋ ਤਾਂ ਫਿਰ ਤਾਂ ਹਿੰਦੂ ਵੀ ਕਈ ਰੱਖਦੇ ਸੀ, ਬਹੁਤਾਤ ਰੱਖਦੇ, ਅਜੇ ਵੀ ਰੱਖਦੇ, ਫਿਰ ਤਾਂ ਸਾਡੀ ਆਈ ਡੀ ਪੱਕੀ ਨਾ ਹੋਈ। ਸਾਡੀ ਆਈ ਡੀ ਉਹ ਸੀ ਬਾਣਾ, ਬਾਣਾ ਜਿਹੜਾ ਉੱਪਰੋਂ ਪਹਿਰਿਆ ਜਾਏ। ਬਾਣੇ ਦਾ ਅਰਥ ਹੁੰਦਾ ਉੱਪਰੋਂ ਪਹਿਨਣ ਵਾਲਾ। ਹੁਣ ਜਿੱਥੇ ਆ ਕੇ ਅਸੀਂ ਗਲਤੀ ਕਰ ਰਹੇ ਹਾਂ ਤੇ ਜਿਸ ਗਲਤੀ ਦਾ ਨਤੀਜਾ ਵੀ ਭੁਗਤ ਰਹੇ ਹਾਂ, ਉਹਨੂੰ ਸਪਸ਼ਟ ਕਰਨਾ ਚਾਹੁੰਦਾ। ਅਸੀਂ ਬਾਣੇ ਦੇ ਵੱਖ ਵੱਖ ਰੂਪ ਬਣਾ ਲਏ ਤੇ ਹਰ ਕੋਈ ਆਪਣੀ ਕਿਸਮ ਦੇ ਬਾਣੇ ਨੂੰ ਸਿੱਖੀ ਦੀ ਆਈ ਡੀ ਬਣਾ ਬੈਠਾ। ਠੀਕ ਹੈ, ਬਾਣਾ ਹੋਣਾ ਚਾਹੀਦਾ, ਆਈ ਡੀ ਦੁਨੀਆਂ ਦੀ ਹਰ ਕੌਮ ਦੀ। ਹੁਣ ਇਹ ਜਿਹੜਾ ਗੋਲ ਪਾਕ ਬਣੇ ਉਹ ਸਿੱਖ ਹੈ, ਮਹਾਨ ਸਿੱਖ ਹੋ ਰਹੀ ਹੈ। ਜਿਹੜਾ ਗੁੱਠ ਵਾਲੀ ਪੱਗ ਬਣ ਰਹੇ ਉਹ ਸਿੱਖ ਨਹੀਂ। ਜਿਹੜਾ ਲੰਬਾ ਚੋਲਾ ਪਾਵੇ, ਨੀਲੇ ਰੰਗ ਦਾ ਚੋਲਾ ਪਾਵੇ, ਉਹ ਮਹਾਨ ਸਿੱਖ ਹੈ। ਅਕਸਰ ਦੇਖਣਾ ਅੱਗੇ ਪਿੱਛੇ ਭਾਵੇਂ ਪਾਉਣ ਨਾ ਪਾਉਣ, ਜਦੋਂ ਗੁਰਦੁਆਰੇ ਆਉਣਾ ਉਦੋਂ ਉਹਨਾਂ ਨੀਲੇ ਪੀਲੇ ਚੋਲੇ ਪਾ ਰਹੇ ਨੇ, ਕਿਉਂਕਿ ਅੱਜ ਉਹਨਾਂ ਨੂੰ ਇਹ ਆਈ ਡੀ ਸਪਸ਼ਟ ਕਰਨ ਦੀ ਲੋੜ ਹੈ ਕਿ ਮੈਂ ਮਹਾਨ ਸਿੱਖ ਹਾਂ। ਅੱਛਾ, ਉਹ ਉਹਦੇ ਤੋਂ ਪਛਾਣ ਪੈਦਾ ਕਰਦੇ, ਜਿਹੜਾ ਉੱਤੋਂ ਦੀ ਕਿਰਪਾਨ ਪਾਵੇ ਉਹ ਸਿੱਖ, ਜਿੱਦਾਂ ਚੌੜਾ ਗਾਤਰ ਹੋਵੇ ਉਹ ਮਹਾਨ ਸਿੱਖ। ਅਗਰ ਕੀ ਖਿਆਲ ਕਰਿਓ, ਅਸੀਂ ਉਸ ਵੇਸ ਨੂੰ, ਲਫ਼ਜ਼ ਵੇਸ ਸਾਨੂੰ ਮਿਲਿਆ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਵਿਸਾਖੀ ਦਾ ਦਿਹਾੜਾ ਸਾਖਾ ਵੇਸ ਕਦੇ ਦੇਖਣਾ ਹੈ, ਵੇਸ ਮਿਲਿਆ ਹੈ। ਪਰ ਅਸੀਂ ਵੇਸ ਤੇ ਲਿਆ ਕੇ ਖੜਾ ਕਰ ਦਿੱਤਾ ਵੀ ਉਹ ਜਿਹੜਾ ਪਹਿਲਾ ਹਰੀ ਹਰਿਆਵਲ ਵਾਲੀ ਸ਼ਰਤ ਹੈ ਉਹ ਹੈ ਨੇ। ਬਾਣੀ ਨੂੰ ਸਮਝੀਏ ਨਾ ਸਮਝੀਏ, ਪਰ ਵੇਸ ਸਾਡਾ ਦੂਰੋਂ ਦਿਸਣਾ ਚਾਹੀਦਾ ਵੀ ਇਹ ਮਹਾਨ ਸਿੱਖ ਹੈ। ਇਸ ਲਈ ਵੇਸ ਵਧਾ ਦਿੱਤਾ ਹੈ, ਬਾਣੀ ਦਾ ਗਿਆਨ ਘਟਾ ਦਿੱਤਾ, ਬਾਣੇ ਦਾ ਦਿਖਾਵਾ ਵਧਾ ਦਿੱਤਾ। ਹਾਲਾਂਕਿ ਮੈਂ ਹੈਰਾਨ ਨਹੀਂ ਹੁੰਦਾ, ਸਿੱਖ ਰਹਿਤ ਮੁੰਡਿਆਂ ਦਾ ਵੀ ਪੜ੍ਹੋ ਨਾ, ਉਹਦੀ ਖਿਆਲ ਕਰੇ, ਉਹਦੇ ਵਿੱਚ ਵੀ ਵੇਸ ਦਾ ਜ਼ਿਕਰ ਆਇਆ। ਕੋਈ ਬਹੁਤ ਪੁਰਾਣੀ ਗੱਲ ਨਹੀਂ, ਸਾਡੇ ਕੋਲ ਸਾਰਿਆਂ ਕੋਲ ਬਹੁਤ ਇੱਥੇ ਵੀ ਆਪਣੇ ਕੋਲ ਮੌਜੂਦ ਹੈ, ਇੱਥੇ ਪੜ੍ਹ ਸਕਦੇ। ਜੇ ਕਿਸੇ ਨੇ ਲਿਜਾਣੀ ਵੀ ਹੋਵੇ ਘਰ, ਆਰਾਮ ਨਾਲ ਪੜ੍ਹਨ ਲਈ ਲਿਜਾ ਸਕਦੇ। ਉਹਦੇ ਵਿੱਚ ਵੀ ਵੇਸ ਦਾ ਜ਼ਿਕਰ ਹੈ, ਪਰ ਸ਼ੇਰਾਂ ਨੂੰ ਗੁਰੂ ਉੱਤੇ ਲਿਖਿਆ ਹੋਇਆ ਹੈ ਕਿ ਸਿੱਖ ਲਈ ਕਿ ਸ਼ਹਿਰਾ ਤੇ ਦਸਤਾਰ ਜ਼ਰੂਰੀ ਹੈ, ਬਾਕੀ ਪਹਿਨਣ ਵਿੱਚ ਕਿਸੇ ਕਿਸਮ ਦੇ ਵੱਖਰੇ ਵੱਖਰੇ ਪਹਿਨਣ ਵਿੱਚ ਕੋਈ ਪਾਬੰਦੀ ਨਹੀਂ। ਉਹਨਾਂ ਵੀ ਇਹ ਨਹੀਂ ਲਿਖਿਆ ਕਿ ਗੋਲ ਪੱਗ ਨੁੱਕਰ ਵਾਲੀ ਪੱਗ, ਹਾਲਾਂਕਿ ਦਸਤਾਰ ਲਿਖਿਆ। ਉਹਨਾਂ ਨੇ ਵੀ ਇਹ ਨਹੀਂ ਆਖਿਆ ਕਿ ਦਸਤਾਰ ਤੇ ਕਿ ਸ਼ਹਿਰੇ ਵਾਲਾ ਸਿੰਘ ਜਿਹੜਾ ਉਹ ਲੰਬਾ ਚੋਲਾ ਪਾਵੇ,
ਕਿ ਨੀਲੇ ਰੰਗ ਦਾ ਪਾਵੇ, ਕਿ ਉਪਰੋਂ ਦੀ ਕਿਰਪਾ ਨੂੰ ਪਾਵੇ, ਕਿ ਥੱਲੇ ਦੀ ਕਿਰਪਾ ਨੂੰ ਪਾਵੇ। ਜੇ ਪੈਂਟ ਪਾ ਲਈ ਤਾਂ ਸਿੱਖ ਨਹੀਂ ਰਿਹਾ, ਕਿਉਂਕਿ ਇਹ ਸਿੱਖੀ ਦਾ ਬਣਾ ਨਹੀਂ। ਉਹ ਕਹਿਣਗੇ ਸਿੱਖੀ ਦਾ ਬਣਾ ਨਹੀਂ ਜੀ, ਸਿੱਖੀ ਦਾ ਬਣਾ ਤਾਂ ਸਿੱਖ ਰਤ ਮਰਿਆਦਾ ਨੇ ਕਲੀਅਰ ਕਰ ਦਿੱਤਾ, ਬਾਕੀ ਪਹਿਰਾਵਾ ਜੋ ਮਰਜ਼ੀ ਪਹਿਨ ਸਕਣਾ, ਜਿਸ ਕਿਸਮ ਦਾ ਮਰਜ਼ੀ ਪਾ ਸਕਣਾ। ਸਿਰਫ ਤੇਰੀ ਆਈਡੀ, ਤੇਰੀ ਪਛਾਣ ਇਸ ਗੱਲ ਵਿੱਚ ਹੋਵੇ ਕਿ ਤੇਰੇ ਸੀਸ 'ਤੇ ਦਸਤਾਰ ਹੈ। ਕੇਸਾਂ ਨੂੰ ਬਾਣਾ ਨਾ ਸਮਝ, ਇਸ ਲਈ ਜ਼ਰੂਰੀ ਹੈ ਕੇਸਾਂ ਨੂੰ ਬਾਣਾ ਨਾ ਸਮਝ, ਕਿਉਂਕਿ ਉੱਤੋਂ ਤਾਂ ਪਾਇਆ ਨਹੀਂ ਗਿਆ। ਕੇਸਾਂ ਨੂੰ ਬਾਣੇ ਵੀ ਸ਼ਾਮਿਲ ਨਹੀਂ ਕਰਨਾ, ਫਿਰ ਦੁਹਰਾ ਦੇ, ਦਸਤਾਰ ਸਾਡਾ ਬਾਣਾ ਹੈ, ਸ਼ਰਾ ਤੇ ਦਸਤਾਰ ਸਿੱਖ ਰਹਿ ਮਰਿਆਦਾ ਨੇ ਫੈਸਲਾ ਕਰ ਦਿੱਤਾ। ਪਰ ਅਸੀਂ ਉਸ ਤੋਂ ਇਲਾਵਾ ਬਾਣੇ ਤੇ ਇੰਨਾ ਜ਼ੋਰ ਦੇ ਦਿੱਤਾ, ਇੰਨਾ ਜ਼ੋਰ ਦੇ ਦਿੱਤਾ ਕਿ ਦਿਖਾਵੇ ਮਾਤਰ ਬਾਣਿਆਂ ਤੇ ਲੜ ਰਹੇ ਹਾਂ ਅਸੀਂ ਬਾਣੇ ਦੇ ਉੱਤੇ। ਫਲਾਣਾ ਬਾਣੀ ਬਾਣੀ ਵਾਲਾ ਸਿੰਘ ਹੈ ਜੀ, ਉਹ ਨਤੀਜਾ ਨਿਕਲਦਾ ਕਿ ਉਹ ਗੁਰਦੁਆਰੇ ਵੱਖਰੇ ਹੋ ਗਏ ਨੇ, ਉਹ ਸਿੱਖ ਵੱਖਰੇ ਹੋ ਗਏ ਨੇ, ਉਹ ਸੰਪਰਦਾਵਾਂ ਵੱਖਰੀਆਂ ਹੋ ਗਈਆਂ ਨੇ ਜਿਹੜੀਆਂ ਬਾਕੀ ਬਾਣੇ ਦੇ ਉੱਤੇ ਖੜੂਜ ਗਏ। ਆਈਡੀ ਐਤਕੀ ਵੈਨਕੂਵਰੀ ਬੋਲਦੇ ਮੈਂ ਇੱਕ ਗੱਲ ਕਹੀ ਸੀ, ਮੈਂ ਕਿਹਾ ਆਈਡੀ ਪਿਕਚਰ ਆਈਡੀ ਬਹੁਤ ਜ਼ਰੂਰੀ ਹੁੰਦੀ ਹੈ, ਪਰ ਕਦੀ ਵੇਖਿਆ ਜੇ ਜਦੋਂ ਤੁਸੀਂ ਕਿਸੇ ਵੀ ਕਾਊਂਟਰ 'ਤੇ ਜਾ ਕੇ ਆਈਡੀ ਕਾਰਡ ਦਿੰਦੇ ਹੋ ਨਾ, ਉਹ ਉਹਨੇ ਨਾਲ ਸੰਤੁਸ਼ਟ ਨਹੀਂ ਹੁੰਦਾ ਕਿ ਇਹਨੇ ਮੈਨੂੰ ਆਈਡੀ ਕਾਰਡ ਦੇ ਦਿੱਤਾ ਬਸ। ਮੈਂ ਕਿਹਾ ਇੱਕ ਵਾਰੀ ਆਈਡੀ ਕਾਰਡ ਵੱਲ ਦੇਖਦਾ ਫਿਰ ਮੁੜ ਕੇ ਤੁਹਾਡੇ ਵੱਲ ਦੇਖਦਾ ਹੈ, ਇਹਨਾਂ ਦੋਵਾਂ ਦੀ ਕੋਈ ਗੱਲ ਮਿਲਦੀ ਹੈ? ਮੈਂ ਕਿਹਾ ਗੱਲ ਸੁਣ, ਬੜੀ ਸਿਆਣਪ ਦੀ ਗੱਲ, ਇਹਦਾ ਆਫਿਸਰ ਬੈਠਾ ਨਾ, ਉਹਨੂੰ ਰਹਿ ਨਹੀਂ ਵੀ ਵੇਖ ਲਵੇ ਅਤੇ ਰੱਖ ਲਵੇ, ਨਾ ਉਹ ਵੇਖ ਕੇ ਫਿਰ ਤੁਹਾਡਿਆਂ ਨੂੰ ਦੇਖੇ। ਮੈਂ ਕਿਹਾ ਬਾਣਾ ਲੈ ਕੇ ਜਦੋਂ ਗੁਰੂ ਕੋਲ ਜਾਏਗਾ ਨਾ, ਗੁਰੂ ਵੀ ਪਹਿਲਾਂ ਬਾਣੇ ਵੱਲ ਵੇਖੇਗਾ ਫਿਰ ਤੇਰੇ ਵੱਲ ਦੇਖੇਗਾ, ਜੋ ਕੁਝ ਇਹ ਹੈ ਉਹ ਕੁਝ ਇਹ ਆਪ ਵੀ ਹੈ। ਦੋ ਚੀਜ਼ਾਂ ਮਿਲਣੀਆਂ ਚਾਹੀਦੀਆਂ, ਬਾਣਾ ਔਰ ਬਾਣੇ ਵਿੱਚ ਵਿਸਾਖੀ। ਮੈਂ ਭਰਮਾਂ ਵਿੱਚ ਨਹੀਂ ਪਾਉਣਾ ਚਾਹੁੰਦਾ, ਅਸੀਂ ਧਰਮ ਨੂੰ ਭਰਮ ਬਣਾ ਲਿਆ ਔਰ ਇੰਨੇ ਉਲਾਰ ਬਿਰਤੀ ਹੋ ਗਏ ਹਾਂ ਕਿ ਅੱਜ ਬਾਣੇ ਨੂੰ ਇਸ ਕਿਸਮ ਦੀ ਇੰਪੋਰਟੈਂਸ ਦਿੱਤੀ ਹੈ ਕਿ ਬਾਣਾ ਹੀ ਸਭ ਕੁਝ ਹੈ, ਅੰਦਰ ਭਾਵੇਂ ਕੁਝ ਵੀ ਨਾ ਹੋਵੇ। ਔਰ ਇਸ ਗੱਲ ਦਾ ਜਵਾਬ ਇਸ ਸ਼ਬਦ ਵਿੱਚ, ਹੁਣ ਗੁਰੂ ਜਿੱਥੇ ਇੱਕ ਪਾਸੇ ਕਹਿੰਦੇ ਨੇ ਵਿਸਾਖ ਆਵੇ, ਗੁਰੂ ਨੇ ਕੋਈ ਪਹਿਲੂ ਛੱਡਿਆ ਨਹੀਂ, ਇੱਕ ਪਾਸੇ ਆਖਿਆ ਵਿਸਾਖ ਭਲਾ ਸਾਖ ਆਵੇ ਇਸ ਕਰੇ। ਵਿਸਾਖ ਮੈਨੂੰ ਇਸ ਲਈ ਚੰਗਾ ਲੱਗਦਾ ਕਿਉਂਕਿ ਸ਼ਾਖਾ ਟਾਣੀਆਂ ਵੇਸ ਕਰਦੀ। ਦੂਜੇ ਪਾਸੇ ਆਖਦੇ ਨੇ ਵੇਸ ਵੀ ਉਹਨਾਂ ਦਾ ਕੀਤਾ ਸਫਲ ਹੈ ਜਿਹੜੇ ਜੁੜੇ ਹੋਏ ਨੇ, ਜਿਹੜੇ ਬਾਣੀ ਨਾਲ, ਜਿਹੜੇ ਮੂਲ ਨਾਲ, ਰੱਬ ਨਾਲ ਜੁੜੇ ਹੋਏ ਨੇ, ਜਿਹੜੇ ਕੇਵਲ ਦਿਖਾਵੇ ਮਾਤਰ ਵੇਸ ਕਰਦੇ ਨੇ। ਉਹਨਾਂ ਟਾਣੀਆਂ ਨੂੰ ਪੱਤੇ ਤਾਂ ਕਾਗਜ਼ ਦੇ ਹੀ ਲਾਏ ਜਾ ਸਕਦੇ ਨੇ, ਕਾਗਜ਼ੀ ਫੁੱਲ ਹੀ ਖਵਾ ਸਕਦੇ ਨੇ। ਕਹਿਣ ਲੱਗੇ ਵਿਸਾਖ ਧੀਰਨ ਕਿਉਂ ਵੱਢ ਗਿਆ, ਜਿੰਨਾ ਪ੍ਰੇਮ ਵਿੱਚ ਹੋ ਵੱਡੀਆਂ ਹੋਈਆਂ ਗੁਰੂ ਨਾਲੋਂ ਰੱਬ ਨਾਲੋਂ ਟੁੱਟੀਆਂ ਹੋਈਆਂ ਟਾਣੀਆਂ ਨਾ ਹੋਣ, ਜੁੜੀਆਂ ਹੋਈਆਂ ਟਾਣੀਆਂ ਹੋਣ, ਫਿਰ ਉਹਦੇ ਵਿੱਚੋਂ ਨਿਕਲਿਆ ਹੋਇਆ ਵੇਸ ਪਹਿਰਾਵਾ ਜਿਹੜਾ ਬਾਣਾ ਜਿਹੜਾ ਉਹ ਖੂਬਸੂਰਤ ਹੈ। ਹੁਣ ਅਗਲੇ ਪਾਸੇ ਖਿਆਲ ਦੇ ਦਿੱਤਾ ਕਿ ਮੈਂ ਕਿਸ ਵੇਸ ਤੇ ਜ਼ਿਆਦਾ ਜ਼ੋਰ ਦੇਣਾ ਚਾਹੁੰਦਾ। ਉੱਥੇ ਕਹਿਣ ਲੱਗੇ ਕਿਉਂਕਿ ਸਿਰਫ ਵੇਸ ਦਾ ਪ੍ਰਚਾਰ, ਸਿਰਫ ਵੇਸ ਦਾ ਦਿਖਾਵਾ ਜਿਹੜਾ ਹੈ ਉਸੇ ਦਾ ਨਾਂ ਤਾਂ ਪਖੰਡ ਹੈ। ਭੇਖ ਦਿਖਾਇਆ ਜਗਤ ਕੋ ਕੀ ਹੈ, ਜਦੋਂ ਅੰਦਰੋਂ ਹਰਿਆਵਲ ਨਾ ਹੋਵੇ ਕੇਵਲ ਭੇਖ ਦਿਖਾਇਆ ਜਾਏ ਤਾਂ। ਗੁਰੂ ਨੇ ਬਾਣੀ ਵਿੱਚ ਗੱਲ ਬੜੀ ਖੂਬਸੂਰਤ ਆਖ ਦਿੱਤੀ, ਕਹਿਣ ਲੱਗੇ ਲੋਕਾਵੇ ਲੋਕੋ, ਪੰਜਾਬ ਦੀ ਠੇਠ ਲੈਂਦੇ ਦੀ ਠੇਠ ਬੋਲੀ ਆਪਾਂ ਕਹਿੰਦੇ ਵੇ ਲੋਕੋ, ਜਦੋਂ ਹਾਲ ਪਾਰਾ ਵੀ ਪਾਉਣਾ ਹੋਵੇ ਆਵਾਜ਼ ਵੇ ਲੋਕੋ। ਗੁਰੂ ਨੇ ਉਸ ਬੋਲੀ ਦਾ ਆਧਾਰ ਬਣਾ ਕਹਿਣ ਲੱਗੇ ਲੋਕਾ ਵੇ ਹੇ ਲੋਕੋ ਹੌਸੂ ਹੋਵੀ, ਮੈਂ ਸੂਹਾ ਪਹਿਰਾਵਾ ਪਹਿਨਿਆ ਵੇਸ ਪਾਇਆ ਇਸ ਖਿਆਲ ਨਾਲ ਕਿਉਂਕਿ ਮੈਂ ਸੁਣਿਆ ਸੀ ਸੂਹਵ ਸੂਹਵ ਸੂਹਵੀ
ਆਪਣੇ ਪ੍ਰੀਤਮ ਕੇ ਰੰਗ ਰਤੀ, ਜਿਹੜੇ ਆਪਣੇ ਪ੍ਰੀਤਮ ਦੇ ਰੰਗ ਵਿੱਚ ਰਤੀਆਂ ਹੋਈਆਂ ਨੇ ਉਹਨਾਂ ਦਾ ਵੇਸ ਸੁਹਾਗਣੀਆਂ ਦਾ ਵੇਸ ਸੂਹਾ ਹੈ। ਪਰ ਮੈਂ ਅੰਦਰੋਂ ਪਛਾਣ ਨਾ ਕਰ ਸਕੀ ਰਤੀਆਂ ਹੋਈਆਂ ਨੇ ਕਿ ਨਹੀਂ, ਵੇਸ ਪਾਉਣਾ ਸੌਖਾ ਸੀ। ਅੱਜ ਵੀ ਦੁਕਾਨ ਤੇ ਬਾਣੇ ਦੀ ਦਿਖਾਵਾ, ਬਾਣੇ ਦੀ ਦਿਖਾਵਾ ਜ਼ਿਆਦਾ ਹੋ ਗਿਆ ਹੈ, ਅੰਦਰ ਬਾਣੀ ਵੱਲ ਧਿਆਨ ਨਹੀਂ। ਤੇ ਗੁਰੂ ਨਾਨਕ ਨੂੰ ਇਹ ਗੱਲ ਕਹਿਣੀ ਪਈ, ਪਰ ਪਤਾ ਲੱਗਾ ਵੇਸੀ ਸੋ ਨਾ ਪਾਈਐ। ਤਜਰਬਾ ਕੀ ਪਿਆ ਕਿ ਦੁਨੀਆਂ ਦੇ ਲੋਕੋ ਮੇਰਾ ਵੇਸ ਭੇਖ ਦਿਖਾਏ ਜਗਤ ਕੋ ਬਣ ਜਾਂਦਾ ਹੈ। ਜੇ ਅੰਦਰੋਂ ਹਰਿਆਵਲ ਨਾ ਪੈਦਾ ਹੋਵੇ ਤਾਂ ਭੇਖ ਨਾ ਬਣਾ, ਕੇਵਲ ਇਸ ਹੋਮੇ ਵਿੱਚ ਨਾ ਰਹੇ। ਅੱਜ ਕੀ ਹੈ, ਕੇਵਲ ਭੇਖ ਦਾ ਦਿਖਾਵੇ ਦਾ ਬਾਣਾ ਦਿਖਾ ਦਿਖਾ ਦੂਜੇ ਨੂੰ ਸੇਖੀ ਨਾ ਸਮਝਣਾ, ਦੂਸਰੇ ਦੇ ਹੱਥਾਂ ਲੱਗੀ ਹੋਈ ਚੀਜ਼। ਇਹ ਆਪਣਾ ਸਬਜੈਕਟ ਅੱਗੇ ਅੰਮ੍ਰਿਤ ਦੇ ਸਬਜੈਕਟ ਵਿੱਚ ਆ ਚੁੱਕਾ ਹੈ ਕਿ ਝੂਠ ਸੁੱਚਦਾ, ਨਾਲ ਖਲੋਣ ਦਾ, ਬੈਠਣ ਦਾ, ਗੱਲ ਕਰਨ ਦਾ, ਵਰਤਣ ਦਾ, ਹਰ ਚੀਜ਼ ਦੇ ਨਾਲ ਇਹ ਖਿਆਲ ਰੱਖਿਆ ਜਾਣਾ ਕਿ ਇਹ ਕਿਉਂਕਿ ਬਾਣੇ ਵਾਲਾ ਸਿੰਘ ਹੈ, ਬਾਣਾ ਵੀ ਬਣਾ। ਅਤੇ ਬਾਣਾ ਇੱਕ ਖਿਆਲ ਕਰਿਓ, ਸਿੱਖੀ ਦਾ ਬਾਣਾ ਜਿਹੜਾ ਜ਼ਰੂਰੀ ਹੈ। ਆਓ ਜੋ ਕੁਛ ਮਰਜ਼ੀ, ਲੰਬੇ ਚੌੜੇ ਪਾਓ, ਛੋਟੇ ਪਾਓ, ਪੈਂਟ ਪਾਓ, ਜੋ ਮਰਜ਼ੀ ਪਾਓ, ਸਿਰਫ ਦੋ ਚੀਜ਼ਾਂ ਜ਼ਰੂਰੀ ਨੇ ਬਾਣੇ ਵਿੱਚ, ਬਾਹਰੋਂ ਪਹਿਨਣ ਵਾਲੀ ਚੀਜ਼ ਵਿੱਚ। ਉਹ ਹੈ ਦਸਤਾਰ, ਕੇਸਾਂ ਨੂੰ ਬਾਣਾ ਨਾ ਸਮਝੋ, ਉਹ ਸਾਡੇ ਜੀਵਨ ਦਾ ਅੰਗ ਨੇ, ਸਰੀਰ ਦਾ ਅੰਗ ਨੇ। ਇਸ ਲਈ ਹਰ ਦੁਨੀਆਂ ਦੇ ਮਨੁੱਖ ਨੂੰ ਰੱਬ ਨੇ ਦਿੱਤੇ ਨੇ, ਸਾਨੂੰ ਵੀ ਦਿੱਤੇ ਨੇ, ਸਾਨੂੰ ਹੁਕਮ ਹੈ ਅਸੀਂ ਉਸ ਦੇਣ ਨੂੰ ਸੰਭਾਲ ਕੇ ਰੱਖੀਏ, ਇਹਨੂੰ ਬਾਣਾ ਨਾ ਸਮਝੀਏ। ਜੇ ਬਾਣਾ ਸਮਝਾਂਗੇ ਫਿਰ ਤਾਂ ਜਦੋਂ ਸ਼ਾਮ ਨੂੰ ਪੱਗ ਉਤਾਰਾਂਗੇ ਸਮਝਾਂਗੇ ਇਹ ਵੀ ਉਤਾਰ ਕੇ ਰੱਖ ਲਓ, ਕਿਉਂਕਿ ਇਹ ਬਾਣਾ ਨਹੀਂ, ਇਸ ਲਈ ਉਤਰਦਾ ਨਹੀਂ। ਇਸ ਲਈ ਮੈਂ ਕਿ ਤੁਸੀਂ ਇੱਕ ਵਾਰੀ ਕਕਾਰਾਂ ਦਾ ਜ਼ਿਕਰ ਕਰਦੇ ਹਾਂ ਵੀ ਕੇਸਾਂ ਨੂੰ, ਕੇਸਾਂ ਦੇ ਕਕਾਰ ਨੂੰ ਉਹਨਾਂ ਕ੍ਰਹਿਤਾਂ 'ਚ ਨਹੀਂ ਰੱਖਿਆ, ਉਹਨਾਂ ਵਿੱਚ ਸ਼ਾਮਲ ਨਹੀਂ ਕੀਤਾ, ਬਲਕਿ ਇਹ ਕਰ ਦਿੱਤਾ ਕਿ ਬਾਕੀ ਚਾਰ ਕ੍ਰਹਿਤਾਂ ਨੂੰ ਨਹੀਂ ਜੋੜਿਆ। ਜਦੋਂ ਕ੍ਰਹਿਤਾਂ ਦਾ ਮਸਲਾ ਆਇਆ ਉਦੋਂ ਆਖਿਆ ਕੇਸਾਂ ਦੀ ਬੇਅਦਬੀ ਕ੍ਰਹਿਤ। ਹਾਲਾਂਕਿ ਕਰਤਾਰ ਤਾਂ ਕਿਰਪਾਨ ਵਿੱਚ ਸੀ, ਇਹ ਨਹੀਂ ਨਾ ਲਿਖਿਆ ਕਿਰਪਾਨ ਉੱਤਰ ਜਾਏ ਤਾਂ ਕੁਰੈਤ ਹੈ, ਜਿਹੜਾ ਉੱਤਰ ਜਾਏ ਤਾਂ ਕੁਰੈਤ ਹੈ, ਅੱਛਾ ਨਹੀਂ ਕੇਸਾਂ ਦੀ ਬੇਅਦਬੀ ਕੁਰੈਤ। ਸੋ ਬੜੀਆਂ ਸਿਆਣਪ ਨਾਲ ਇਹ ਫੈਸਲੇ ਕੀਤੇ ਹੋਏ ਨੇ, ਉਹਨਾਂ ਵਿੱਚ ਮਨੁੱਖ ਉਲਝਦਾ ਨਹੀਂ। ਪਰ ਦੁਖਾਂਤ ਇਹ ਹੈ ਕਿ ਅਸੀਂ ਉਲਾਰ ਬਿਰਤੀ ਹੋ ਕੇ ਉਹਦਾ ਨਜਾਇਜ਼ ਫਾਇਦਾ ਉਠਾਉਂਦੇ ਹਾਂ, ਕੇਵਲ ਦਿਖਾਵੇ ਦਾ ਬਾਣਾ ਪਹਿਣ ਪਹਿਣ, ਦਿਖਾ ਦਿਖਾ ਦੂਜੇ ਨੂੰ ਨੀਵਾਂ ਦਿਖਾ, ਆਪਣੇ ਆਪ ਨੂੰ ਉੱਚਾ, ਜਿਵੇਂ ਉਸ ਦਿਨ ਤੋਂ ਕਹੇ ਸੀ ਆਪਸ ਕੋ ਦੀਰਘ ਕਰ ਜਾਣੇ ਔਰ ਕੋ ਲਗ ਮਾਤ, ਅੱਖਰ ਤਾਂ ਮੈਂ ਹੀ ਹਾਂ ਬਾਕੀ ਤਾਂ ਲਗਾ ਮਾਤਰ ਹੀ ਨੇ ਸਿੱਖੀ ਵਿੱਚ। ਤਾਂ ਇਹ ਬੜੀ ਸਪਸ਼ਟ ਜਿਹੀ ਗੱਲ ਹੈ ਕਿ ਇੱਕ ਖਿਆਲ ਕਰੀ ਇਹ ਦੋ ਨੇ, ਉਸ ਤੋਂ ਇਲਾਵਾ ਹੋਰ ਤੇਰੇ 'ਤੇ ਕੋਈ ਪਾਬੰਦੀ ਨਹੀਂ। ਤੂੰ ਕਿਸੇ ਕਿਸਮ ਦਾ ਵੀ ਬਾਣਾ ਪਾ ਸਕਣਾ ਹੈ, ਸਿਰਫ ਦਸਤਾਰ ਅਤੇ ਇਸ਼ਾਰਾ ਜ਼ਰੂਰੀ। ਇਸ ਲਈ ਅੱਗੇ ਕਹਿ ਦਿੱਤਾ ਵੇਸੀ ਸੋ ਨਾ ਪਾਈਐ। ਹੁਣ ਇੱਥੇ ਰੁਕਣਾ, ਇਹਦਾ ਮਤਲਬ ਇਹ ਨਹੀਂ ਕਿ ਗੁਰੂ ਬਾਣੀ ਦੀ ਇੰਪੋਰਟੈਂਸ ਖਤਮ ਕਰਨਾ ਚਾਹੁੰਦਾ, ਸਿਰਫ ਇਹ ਦਿਖਾਉਣਾ ਚਾਹੁੰਦਾ ਹੈ ਕਿ ਮੈਂ ਤੈਨੂੰ ਸਮਝਾ ਦਿਆਂ ਵੇਸ ਸਫਲ ਕਿਵੇਂ ਹੁੰਦਾ ਹੈ। ਆਹ ਗੱਲ ਸਮਝ ਰਹੀ ਹੈ, ਗੁਰੂ ਬਾਣੀ ਦੀ ਇੰਪੋਰਟੈਂਸ ਖਤਮ ਨਹੀਂ ਕਰਨਾ ਚਾਹੁੰਦਾ ਕਿ ਲੋਕ ਆਖਣ ਲੋੜ ਹੀ ਕੀ ਹੈ ਜੀ ਬਾਣੀ ਦੀ, ਗੁਰੂ ਨੂੰ ਕਹਿ ਦਿੱਤਾ ਵੇਸੀ ਸੋ ਨਾ ਪਾਈਏ, ਵੇਸੀ ਸੋ ਨਾ ਪਾਈ। ਨਹੀਂ, ਗੁਰੂ ਵੇਸ ਪ੍ਰਤੀ ਸਮਝਾਉਣਾ ਵੀ ਚਾਹੁੰਦਾ ਕਿ ਇਹਦਾ ਮਤਲਬ ਕੀ ਹੈ। ਕਹਿਣ ਲੱਗੇ ਨਾਨਕ ਤਿੰਨੀ ਸੋ ਪਾਇਆ, ਜਿੰਨੀ ਗੁਰ ਕੀ ਸਿੱਖ ਸੁਣੀ। ਜੇ ਤੇਰੇ ਕੋਲ ਅੰਦਰ ਗੁਰੂ ਦੀ ਸਿੱਖਿਆ, ਜੇ ਤੇਰੇ ਕੋਲ ਅੰਦਰ ਗੁਰੂ ਦੀ ਬਾਣੀ ਹੈ,
ਤੇ ਫਿਰ ਵੇਸ ਤੇਰਾ ਦਿਖਾਵਾ ਕੇਵਲ ਉਹਨਾਂ ਬਾਣਾ ਜਿਹੜਾ ਮਜਬੂਰ ਜਿਹੜਾ ਸਤਗੁਰ ਦੇ ਦਰਬਾਰ ਵੱਲੋਂ ਜ਼ਰੂਰੀ ਲਫ਼ਜ਼ ਵਿੱਚ ਹੈ ਉਹ ਤੇਰਾ ਜ਼ਰੂਰੀ ਹੈ ਬਾਕੀ ਤੇਰੇ 'ਤੇ ਇਹ ਪਾਬੰਦੀ ਨਹੀਂ ਮੈਂ ਪਾਲਸ ਕੀਤੀ ਸੀ ਪੁਰਾਣੇ ਸਮੇਂ ਦਾ ਬਦਰੁਪ ਤਾਂ ਜਾਣਦੇ ਨੇ ਆਪਣੇ ਪਿੰਡਾਂ ਵਿੱਚ ਅਮਰਤਾਰੀ ਸਿੰਘ ਵੀ ਚਾਦਰਾ ਵੰਡਦੇ ਸਨ ਸਿੱਖ ਨਹੀਂ ਸਨ ਦਿਨ ਬ ਦਿਨ ਉਲਾਰ ਗਿਣਤੀ ਹੋ ਕੇ ਅਸੀਂ ਸਿੱਖੀ ਨੂੰ ਮੁਸ਼ਕਲਾਂ ਵਿੱਚੋਂ ਲਗਾ ਰਹੇ ਹਾਂ ਹਾਲਾਂਕਿ ਗੁਰੂ ਨੇ ਬੜੀ ਖੂਬਸੂਰਤ ਗੱਲ ਦੋ ਸਲੋਕਾਂ ਵਿੱਚ ਆਖ ਦਿੱਤੀ ਇਹਦੇ ਵਿੱਚ ਵੀ ਆਖੀ ਨਾਨਕ ਤਿੰਨੀ ਸੌ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੇ ਅਤੇ ਫਿਰ ਵੇਸ ਦੀ ਪਰਿਭਾਸ਼ਾ ਕੀਤੀ ਇੱਕ ਸਲੋਕ ਹੈ ਜਿਹੜਾ ਬੜਾ ਪ੍ਰਚਲਿਤ ਹੈ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮਨ ਕਵਣ ਸੋ ਵੇਸੋ ਹੋ ਕਰੀ ਉੱਥੇ ਲਫ਼ਜ਼ ਵੀ ਵੇਸ ਹੈ ਫੈਸਲੇ ਆਪਾਂ ਬਾਣੀ ਕੋਲੋਂ ਲੈਣੇ ਤਾਂ ਕਿ ਸਾਡੇ ਅੰਦਰ ਦੁੱਖ ਦਾ ਨਾ ਵਧੇ ਕਹਿਣ ਲੱਗੇ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮਨ ਕਵਣ ਸੋ ਵੇਸੋ ਹੋ ਕਰੀ ਕਿਹੜਾ ਵੇਸ ਕਰਾਂ ਕਿਹੜਾ ਸਪਸ਼ਟ ਹੋਵੇ ਕਿਹੜਾ ਪਹਿਰਾਵਾ ਪਾਉਣਾ ਕਿਹੜਾ ਬਾਣਾ ਪਾਵਾਂ ਕਵਣ ਸੋ ਵੇਸੋ ਹੋ ਕਰੀ ਜਿਤ ਵਸ ਆਵੇ ਕੰਤ ਹੁਣ ਜਵਾਬ ਦਿੱਤਾ ਹੈ ਹੂ ਬਹੂ ਇਸੇ ਗੱਲ ਦਾ ਜਵਾਬ ਹੈ ਕਹਿਣ ਲੱਗੇ ਨਿਮਣ ਸੋ ਅੱਖਰ ਖਿਮਣ ਗੁਣ ਜੇ ਪਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਸਰੀਰ ਦੇ ਵੇਸ ਤੇਰੇ ਲਈ ਦੋ ਨੇ ਸਿੱਖ ਰਹਿਤ ਮਰਿਆਦਾ ਨੇ ਵੀ ਫੈਸਲਾ ਕਰ ਦਿੱਤਾ ਸਰੀਰ ਦੇ ਵੇਸ ਉਹ ਦੋ ਨੇ ਦਸਤਾਰ ਤੇ ਇਸ਼ਾਰਾ ਜ਼ਰੂਰੀ ਤੇ ਆਤਮਕ ਵੇਸ ਵੀ ਨੇ ਮਨ ਦੇ ਵੇਸ ਵੀ ਨੇ ਉਹ ਨੇ ਗੁਣਾਂ ਦੇ ਉਹ ਤਿੰਨ ਨੇ ਕਹਿਣ ਲੱਗੇ ਮਨ ਜਿਹੜਾ ਤੇਰਾ ਉਹ ਤਨ ਨਾਲੋਂ ਜ਼ਿਆਦਾ ਸਜਿਆ ਹੋਣਾ ਚਾਹੀਦਾ ਇਸ ਲਈ ਮਨ ਦੇ ਵੇਸ ਤਿੰਨ ਨੇ ਤਨ ਦੇ ਵੇਸ ਦੋ ਨੇ ਤਨ ਦੇ ਵੇਸ ਨੇ ਦੋ ਕਸ਼ਹਿਰਾ ਤੇ ਦਸਤਾਰ ਕੇਸ ਸਾਡੇ ਜੀਵਨ ਦਾ ਹਿੱਸਾ ਨੇ ਉਹ ਵੇਸ ਨਹੀਂ ਬਾਹਰੋਂ ਨਹੀਂ ਭੈਣਦੇ ਤੇ ਮਨ ਦੇ ਵੇਸ ਜਿਹੜੇ ਨੇ ਉਹ ਦੋ ਨੇ ਇੱਕ ਵਾਧੂ ਹੋਣਾ ਚਾਹੀਦਾ ਨਾ ਮਨ ਦੇ ਆਧਾਰ ਤੇ ਤਨ ਮਨ ਨਾ ਡਿੱਗੇ ਤਨ ਕਾਇਕ ਮਨ ਸ਼ਕਤੀਸ਼ਾਲੀ ਮਨ ਦੇ ਆਧਾਰ ਤੇ ਹੀ ਤਨ ਕੰਮ ਕਰਦਾ ਇਸ ਲਈ ਮਨ ਦੀ ਸੁਹੱਪਣ ਮਨ ਦੀ ਸੁੰਦਰਤਾ ਮਨ ਦਾ ਬਲਵਾਨ ਹੋਣਾ ਜ਼ਿਆਦਾ ਚਾਹੀਦਾ ਇਸ ਲਈ ਇੱਥੇ ਇੱਕ ਵੇਸ ਵਧਾ ਦਿੱਤਾ ਇੱਥੇ ਕਹਿੰਦੇ ਨੇ ਨਿਮਣ ਸੋ ਅੱਖਰ ਖਮਣ ਗੁਣ ਜੇ ਬਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕਰ ਹੁਣ ਇਸ ਤੋਂ ਸਪਸ਼ਟ ਹੋਰ ਕੀ ਕਰਨਾ ਭੈਣੇ ਹੇ ਜੀਵ ਆਤਮਾ ਇੱਕ ਗੁਰੂ ਕੇ ਦਰਬਾਰ ਦੀ ਸੰਗਤ ਵਿੱਚ ਬੈਠਣ ਵਾਲੀ ਸਹੇਲੀ ਇਹ ਤਿੰਨ ਵੇਸ ਨੇ ਨਿਮਣਾ ਭਾਵ ਨਿਮਰਤਾ ਵਿੱਚ ਰਹਿਣਾ ਨਿਮਰਤਾ ਵਿੱਚ ਰਹਿਣਾ ਮਨ ਅੰਦਰ ਦੁਬਦਾ ਨਾ ਰੱਖਣਾ ਤੇ ਜੇਬਾ ਜ਼ਬਾਨ ਵਿੱਚ ਮਿਠਾਸ ਰੱਖਣਾ ਸੱਚ ਰੱਖਣਾ ਜੇ ਇਹ ਤਿੰਨ ਵੇਸ ਤੂੰ ਪੈਦਾ ਕਰ ਲਵੇਂ ਆਤਮਾ ਦੇ ਮਨ ਦੇ ਤੇ ਦੋ ਵੇਸ ਪੈਦਾ ਕਰ ਲਵੇ ਤਨ ਦੇ ਤਾਂ ਸੰਪੂਰਨ ਗੁਰੂ ਨਾਨਕ ਤੋਂ ਗੁਰੂ ਦਸਮ ਪਾਤਸ਼ਾਹ ਜੀ ਤੱਕ ਸਿੱਖੀ ਦਾ ਸਜਾਇਆ ਹੋਇਆ ਆਰੰਭ ਤੇ ਕੀਤਾ ਹੋਇਆ ਕੰਪਲੀਟ ਵਿਸਾਖੀ ਵਾਲੇ ਦਿਨ ਉਹ ਸੰਪੂਰਨ ਰੂਪ ਤੇਰੇ ਕੋਲ ਆ ਜਾਏਗਾ ਤੇ ਜੇ ਤੂੰ ਕੇਵਲ ਕਿਸੇ ਇੱਕ ਦਿਖਾਵੇ ਮਾਤਰ ਬਾਣੀ ਨੂੰ ਤੇ ਆਈਡੀ ਨੂੰ ਵਰਤੇਗਾ ਫਿਰ ਗੁਰੂ ਨਾਨਕ ਬੜਾ ਖੂਬਸੂਰਤ ਜਵਾਬ ਦੇਣਗੇ ਰੱਖਣਗੇ ਸੁਹਾ ਵੇਸ ਕਰੀ
ਪੇਸ ਰਹੀ ਕਰ ਕਰ ਵੇਸ ਰਹੀ ਕਰ ਕਰ ਵੇਸ ਰਹੀ ਵਿਚਾਰ ਦੇਸ਼ ਵਿਦੇਸ਼ ਜਾਣਾ ਪਵੇ ਕੋਈ ਭਰਮ ਨਹੀਂ ਕਰਨਾ ਕਿ ਇਸ ਬਾਣੇ ਵਿੱਚ ਇਹੋ ਜਿਹੇ ਚੋਲੇ ਵਿੱਚ ਹੀ ਸਿੱਖ ਹੁੰਦਾ ਹੈ। ਸਿਰਫ ਦਸਤਾਰ ਤੇ ਇੱਕ ਸ਼ਹਿਰਾ ਸਿੱਖੀ ਦਾ ਬਾਣਾ ਹੈ ਜਿਹੜਾ ਸਿੱਖ ਰਹਿਤ ਮਰਿਆਦਾ ਨੇ ਬੜਾ ਸੋਚ ਸਮਝ ਕੇ ਫੈਸਲਾ ਕੀਤਾ ਕਿ ਇਹ ਸਾਡੇ ਜੀਵਨ ਦਾ ਅੰਗ ਨੇ, ਇਹ ਸਾਡਾ ਵਿਸ਼ੇਸ਼ ਪਹਿਰਾਵਾ ਹੈ, ਤਨ ਦਾ ਵੇਸ ਤੇ ਮਨ ਦਾ ਵੇਸ ਹੈ। ਨਿਮਨ ਸੋ ਅੱਖਰ ਖਵਨ ਗੁਣ ਜੇਬਾ ਮਣੀਆ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਪੀ ਕਰ। ਇਸ ਸ਼ਬਦ ਵਿੱਚ ਵੀ ਇਹੋ ਗੱਲ ਆਖਦੀ, ਨਾਨਕ ਤਿੰਨੀ ਸੋ ਪਾਇਆ ਜਿਹਨਾਂ ਗੁਰ ਕੀ ਸਿੱਖ ਸੁਣੀ, ਜੋ ਤਿਸ ਭਾਵੇ ਸੋ ਥੀ ਹੈ। ਨਿਮਰਤਾ ਉਹਦੇ ਸਾਹਮਣੇ ਸਿਰ ਝੁਕਾ ਕੇ ਰੱਖਣਾ, ਜੇ ਤੂੰ ਜੋ ਤੈਨੂੰ ਚੰਗਾ ਲੱਗਦਾ ਮੈਂ ਹਮੇਸ਼ਾ ਤੇਰੇ ਹੁਕਮ ਵਿੱਚ ਹਾਂ। ਜੋ ਤਿਸ ਭਾਵੇ ਸੋ ਥੀ ਹੈ ਇਨ ਵਿਦ ਕੰਤ ਮਿਲੀ, ਇਹ ਮਿਲਾਪ ਦਾ ਜ਼ਰੀਆ। ਇਸ ਤੋਂ ਇਲਾਵਾ ਬਾਕੀ ਕਿਸੇ ਵੀ ਪਖੰਡ ਜਾਂ ਕਿਸੇ ਵੀ ਕਰਮ ਕਾਂਡ ਵਿੱਚ ਪੈ ਕੇ ਧਰਮ ਦੇ ਅਸਲ ਅਰਥਾਂ ਨੂੰ ਨਹੀਂ ਗਾਉਣਾ, ਅਸਲ ਅਰਥਾਂ ਨੂੰ ਨਹੀਂ ਗੋਣਾ। ਗੁਰੂ ਬਖਸ਼ਿਸ਼ ਕਰੇ ਅਸੀਂ ਵਿਸਾਖੀ ਦੇ ਦਿਹਾੜੇ ਗੁਰਮਤਿ ਖੇਤਰ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਗਵਾਈ ਵਿੱਚ ਅਸਲ ਮਕਸਦ ਵਿਸਾਖੀ ਦਾ ਸਮਝੀਏ, ਤਾਂ ਕਿ ਸਹਿਜ ਵਿੱਚ ਅਤੇ ਆਸਾਨੀ ਨਾਲ ਅਸੀਂ ਸਿੱਖੀ ਦੀ ਆਈਡੀ ਨਾਲ ਰੱਖ ਸਕੀਏ। ਅਤੇ ਦੁਨੀਆਂ ਦੇ ਲੋਕ ਜਿਵੇਂ ਸਤਿਗੁਰੂ ਦੇ ਸੰਸਾਰ ਜਿਵੇਂ ਦੁਨੀਆਂ ਦੇ ਲੋਕ ਆਈਡੀ ਨਾਲ ਮਿਲਾਉਂਦੇ ਨੇ ਨਾ ਆਦਮੀ ਨੂੰ, ਸਾਨੂੰ ਵੀ ਗੁਰੂ ਮਿਲਾ ਕੇ ਵੇਖ ਲਵੇ ਤੇ ਉਹਨੂੰ ਤਸੱਲੀ ਹੋਵੇ ਵੀ ਸਿੱਖ ਜੋ ਕੁਝ ਹੈ ਦਿਸਦਾ ਅੰਦਰੋਂ ਵੀ ਉਹ ਹੀ ਆਈ ਡੀ ਦਾ ਮਤਲਬ ਤਾਂ ਇਹੋ ਹੀ ਹੈ ਵੀ ਜੋ ਦਿਸਦਾ ਜਿਹੜੀ ਇਹਨੇ ਆਈ ਡੀ ਬਣਾਈ ਇਹ ਵੀ ਉਹ ਹੀ। ਸੋ ਇਸ ਲਈ ਸਾਨੂੰ ਆਪਣੇ ਪਹਿਰਾਵੇ ਆਪਣੇ ਬਾਣੇ ਅਤੇ ਆਪਣੀ ਆਈ ਡੀ ਦੇ ਅਨੁਕੂਲ ਬਣਨ ਦੀ ਅਗਵਾਈ ਗੁਰੂ ਬਖਸ਼ੇ। ਇਹਨਾਂ ਸ਼ਬਦਾਂ ਨਾਲ ਕਮਾਂਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।